ਮੂੰਹ ਚੁੱਕਿਆ ਤੁਰਿਆ ਜਾਂਦਾ ਵਾ। ਹਾਂ ਕੀ ਕਰਾ ਕੇ ਆਇਆ ਹੁਣ? ਹਸਪੀਟਲ ਵਾਲਿਆਂ ਨੇ ਕੁੱਟਿਆ ਆ। ਤੇਰਾ ਕੋਈ ਕਸੂਰ ਹੋਣਾ ਤਾਂ ਹੀ ਕੁੱਟਿਆ ਵਾ। ਓ ਯਾਰ ਜੀ, ਮੇਰਾ ਕੋਈ ਕਸੂਰ ਨਹੀਂ ਸੀ, ਉਹਨਾਂ ਨੇ ਆਪ ਲਿਖ ਕੇ ਲਾਇਆ ਹੋਇਆ। ਕੀ ਲਿਖ ਕੇ ਲਾਇਆ ਵਾ? ਔਰ ਤੁਹਾਨੂੰ ਵੇਖਦਾ ਸਮਾਰਟ ਤੋਂ ਦੱਸ, ਮੈਂ ਤਾਂ ਉਹੀ ਵੇਖਦਾ ਸੀਗਾ। ਤੇਰਾ ਛੱਤਰ ਖਾਣ ਦੇ ਰਾਦੇ ਦੇ ਆਪ ਬਣਾਉਨੇ ਆ। ਤੱਕਾ ਨਾ ਕਰੋ ਵੀਰ ਜੀ, ਤੱਕਾ ਨਾ। ਆ ਫੜ, ਉੱਠ ਕੇ ਚਾਹ ਫੜ ਲਾ, ਕਿੱਥੇ ਚੜ ਕੇ ਆ ਗਿਆ? ਚੜ ਯਾਰ, ਅਬੇ ਉਹ ਤਾਂ ਵੇਲਾ, ਮੈਨੂੰ ਰਾਤ ਨੂੰ 100 ਕੰਮ ਹੁੰਦਾ। ਤੇਰੀ ਕੀ ਵੇਲਣੇ ਬਾਹ ਆਏਗੀ ਹੁੰਦੀ ਆ, ਰਾਤ ਨੂੰ ਤੇਰੇ ਕੰਮ ਇੱਥੇ ਤੁਰੇ ਰਹਿੰਦੇ। ਮੈਂ ਪਤਾ ਕਿੱਡੀ ਵੱਡੀ ਸੋਚ ਰੱਖਦਾ, ਸਾਰੀ ਰਾਤ ਮੇਰੇ ਵੱਡੇ ਸੁਪਨੇ ਵੇਖਣ 'ਚ ਮੇਰੀ ਰਾਤ ਲੰਘ ਜਾਂਦੀ ਆ, ਤਾਂ ਲੇਟ ਉੱਠਦਾ ਮੈਂ। ਤੇ ਕੀ ਗੱਲ, ਮੈਂ ਤੇਰੇ ਪਿਓ ਦੀ ਨੌਕਰ ਰੱਖੀ ਤੇ ਮੈਂ ਤੇਰੇ ਲਈ ਚਾਹ ਲੈ ਕੇ ਖੜੀ ਰਵਾਂ? ਦੇ ਜਾ, ਚਾਹ ਤਾਂ ਦੇ ਜਾ ਹੁਣ। ਯਾਰ ਮੇਰਾ ਸਿਰ ਬੜਾ ਪੀੜ ਹੋਈ ਜਾਂਦਾ ਯਾਰ। ਤੇ ਆਪਦੀ ਸਹੇਲੀ ਨੂੰ ਫੋਨ ਲਾ ਲਾ। ਸਹੇਲੀ ਦਾ ਕੀ ਮਤਲਬ? ਉਹ ਮੰਮੀ ਅਕਸਰ ਜ਼ਹਿਰ ਨੂੰ ਜ਼ਹਿਰ ਹੀ ਕਰਦਾ। ਬਹੁਤ ਫਿੜੇ ਮੁੱਕ ਤੀੜ ਖਾਣਾ ਨਾ ਹੋਵੇ ਤਾਂ। ਮੰਮੀ, ਮੈਂ ਸੁਣਿਆ ਜਿਹੜੀ ਜ਼ਿੰਦਗੀ ਆ ਬੰਦੇ ਨੂੰ ਸਾਰਾ ਕੁਝ ਸਿਖਾ ਦਿੰਦੀ ਆ। ਹਾਂ, ਸਾਰਾ ਕੁਝ ਸਿਖਾਉਂਦੀ ਆ। ਫਿਰ ਸਾਰੀ ਮੈਨੂੰ ਇੰਗਲਿਸ਼ ਕਿਉਂ ਸਿਖਾਈ? ਬਹੁਤ ਫਿੜੇ ਮੁੱਕ ਤੇਰਾ। ਅੰਮੀ, ਹਾਂ, ਚਾਹ ਹੀ ਬਣਾ ਕੇ ਪਿਆ ਦੇ। ਮੇਰਾ ਤਾਂ ਆਪ ਸਿਰ ਦੁਖੀ ਜਾਂਦਾ, ਮੈਨੂੰ ਬਣਾ ਕੇ ਲਿਆ ਦੇ। ਤੁਸੀਂ ਲਿਆਓ, ਮੇਰਾ ਤੇ ਆਪ ਗਲਾ ਪੀੜ ਕਰੀ ਜਾਂਦਾ। ਤੇ ਇਉਂ ਕਰ, ਤੂੰ ਮੇਰਾ ਸਿਰ ਘੁੱਟ ਦੇ, ਮੈਂ ਤੇਰਾ ਗਲਾ ਘੁੱਟ ਦਿੰਦੀ ਹਾਂ।